ਮਸੀਹ ਦੇ ਪ੍ਰਿਯ ਨਾਮ ਵਿੱਚ ਆਪ ਸਭ ਨੂੰ ਜੈ ਮਸੀਹ ਦੀ। ਮੈਂ ਪਾਸਟਰ ਯੂਸਫ ਜੀਜਸ ਗ੍ਰੇਸ ਮਿਨਿਸਟਰੀ ਆਦਮਪੁਰ ਵੱਲੋਂ ਆਪਣੇ ਸਾਰੇ ਭੈਣ ਭਾਈਆਂ ਅੱਗੇ ਬੇਨਤੀ ਕਰਦਾ ਹਾਂ, ਜੋ ਵੀ ਕਰੋਨਾ ਵਾਇਰਸ ਫੈਲ ਰਿਹਾ ਹੈ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਪੂਰੇ ਵਰਲਡ ਦੇ ਵਿੱਚ, ਉਸ ਲਈ ਪ੍ਰਾਰਥਨਾ ਕਰੀਏ ਕਿ ਇਹ ਜਿਹੜਾ ਕਰੋਨਾ ਵਾਇਰਸ ਆ ਔਰ ਜਲਦੀ ਖਤਮ ਹੋਵੇ, ਕਿਉਂਕਿ ਜਿੰਨੇ ਤੁਸੀਂ ਮਸੀਹੀ ਭੈਣ ਭਾਈ ਹੋ, ਅਸੀਂ ਸਾਰੇ ਮਸੀਹੀ ਭੈਣ ਭਾਈ ਹਾਂ, ਸਾਨੂੰ ਡਰਨ ਦੀ ਕੋਈ ਵੀ ਲੋੜ ਨਹੀਂ ਹੈ, ਕਿਉਂਕਿ ਪਰਮੇਸ਼ੁਰ ਦਾ ਵਚਨ ਦੱਸਦਾ ਹੈ ਯਸ਼ਾਇਆ ਨਬੀ ਦੀ ਪੁਸਤਕ 41 ਅਧਿਆਇ ਉਹਦੀ 10 ਆਇਤ, ਨਾ ਡਰ ਨਾ ਘਾਬਰ ਕਿਉਂਕਿ ਮੈਂ ਤੇਰੇ ਅੰਗ ਸੰਗ ਜੋ ਹਾਂ। ਕਿਉਂਕਿ ਜਦ ਪਰਮੇਸ਼ੁਰ ਸਾਡੇ ਨਾਲ ਵਾਅਦਾ ਕਰਦਾ ਹੈ ਤਾਂ ਸਾਨੂੰ ਡਰਨ ਦੀ ਕੋਈ ਵੀ ਜ਼ਰੂਰਤ ਨਹੀਂ ਆ, ਕਿਉਂਕਿ ਪਰਮੇਸ਼ੁਰ ਸਾਡੇ ਅੰਗ ਸੰਗ ਹੈ ਔਰ ਪ੍ਰਭੂ ਦੇ ਵਚਨ 'ਚ ਲਿਖਿਆ ਹੈ ਕਿ ਮੈਂ ਤੈਨੂੰ ਜ਼ੋਰ ਬਖਸ਼ਾਂਗਾ। ਅਗਰ ਤੁਸੀਂ ਕਮਜ਼ੋਰ ਵੀ ਹੋ ਗਏ ਹਾਂ, ਪ੍ਰਾਰਥਨਾ ਕਰੀਏ, ਹਰ ਦਿਨ ਪ੍ਰਾਰਥਨਾ ਕਰੀਏ ਔਰ ਪ੍ਰਭੂ ਵਿੱਚ ਵਧੀਏ, ਉਹ ਤੁਹਾਨੂੰ ਬਲ ਔਰ ਤਾਕਤ ਦੇਵੇਗਾ। ਆਈਏ ਪ੍ਰਾਰਥਨਾ ਕਰਾਂਗੇ। ਸਾਡੇ ਸਵਰਗੀ ਪਿਤਾ ਯੇਸ਼ੂ ਦੇ ਸਮਰਥੀ ਨਾਮ ਵਿੱਚ ਆਪ ਦੀ ਹਜ਼ੂਰੀ ਵਿੱਚ ਆਉਂਦੇ ਹਾਂ ਪ੍ਰਭੂ ਜੀ। ਜੋ ਵੀ ਇਹ ਕਰੋਨਾ ਵਾਇਰਸ ਫੈਲ ਰਿਹਾ ਹੈ ਪ੍ਰਭੂ ਜੀ, ਇਹਦੇ ਉੱਤੇ ਤੁਹਾਡੀ ਪਵਿੱਤਰ ਆਤਮਾ ਦੀ ਅੱਗ ਸਿੱਟਦੇ ਹਾਂ ਪ੍ਰਭੂ। ਇਹ ਥੰਮ ਜਾਏ ਪ੍ਰਭੂ, ਜੋ ਲੋਕ ਮਰ ਰਹੇ ਆ ਪ੍ਰਭੂ, ਜੋ ਲੋਕ ਹੋਰ ਪ੍ਰਭੂ ਜੀ ਔਰ ਬਿਮਾਰੀ ਦੇ ਵਿੱਚ ਜਾ ਰਹੇ ਨੇ ਪ੍ਰਭੂ, ਉਹਨਾਂ ਨੂੰ ਬਚਾ ਔਰ ਜਿਹੜੀਆਂ ਬਿਮਾਰੀਆਂ ਪ੍ਰਭੂ ਇਹ ਮਹਾਂਮਾਰੀ ਚੱਲੀ ਆ ਪ੍ਰਭੂ, ਪ੍ਰਭੂ ਯੇਸ਼ੂ ਅਸੀਂ ਤੁਸੀਂ ਇਹਨੂੰ ਥੰਮ ਸਕਦੇ ਹਾਂ ਔਰ ਮੈਂ ਤੁਹਾਡਾ ਦਾਸ ਬੇਨਤੀ ਕਰਦਾ ਪ੍ਰਭੂ ਜਲਦ ਥੰਮੇ ਔਰ ਸਾਰੇ ਲੋਕ ਆਪਣਾ ਜੀਵਨ ਸੁੱਖ ਸ਼ਾਂਤੀ ਦੇ ਨਾਲ ਬਤੀਤ ਕਰਨ, ਪ੍ਰਭੂ ਯੇਸ਼ੂ ਦੇ ਸਮਰਥੀ ਔਰ ਜੀਵਿਤ ਨਾਮ ਵਿੱਚ ਮੰਗਦੇ ਹਾਂ। ਆਮੀਨ ਆਮੀਨ।